ਇੱਥੇ ਮਨਾਇਆ ਗਿਆ ਘਰਦੇ ਘਰੇ ਨਹੀਂ ਗਿਆ ਵੀ ਘਰੇ ਆ ਜਾਓ ਨਹੀਂ ਜੀ ਘਰਦਿਆਂ ਨੂੰ ਪਤਾ ਹੀ ਨਹੀਂ ਹੈ ਜੀ ਇਹ ਸਿਰਫ ਆਪਣੇ ਭਰਾਵਾਂ ਦੇ ਨਾਲ ਆਹੀ ਮੇਰਾ ਪਰਿਵਾਰ ਆ ਦੁੱਖ ਸੁੱਖ ਸਾਰਾ ਇਹਨਾਂ ਨਾਲ ਆ ਮਨ ਦੇ ਭਾਵ ਇਸ ਵੇਲੇ ਕੋਈ ਭਾਵ ਨਹੀਂ ਜੀ ਬਸ ਜੇ ਜਿੱਤ ਕੇ ਜਾਈਏ ਅਸੀਂ ਜਿਹੜੇ ਕੰਮ ਵਾਸਤੇ ਇੱਥੇ ਆਏ ਹਾਂ ਅੰਦੋਲਨ 'ਚ ਬੈਠੇ ਹਾਂ ਬਸ ਇਹੀ ਆ ਵੀ ਜੇ ਅਸੀਂ ਬੈਠੇ ਹਾਂ ਜਿੱਤਣ ਵਾਸਤੇ ਹਾਂ ਤੇ ਜਿੱਤ ਕੇ ਜਾਈਏ ਜਨਮ ਦਿਨ ਕਿਹਦੇ ਲੇਖੇ ਲਾਉਣਾ ਚਾਹੁੰਦੇ ਇਹ ਜੀ ਕਿਸਾਨਾਂ ਦੀ ਇਹ ਕਿਸਾਨੀ ਦੇ ਲੇਖੇ ਆ ਜੀ ਇਹ ਮਜ਼ਦੂਰ ਭਰਾਵਾਂ ਦੇ ਲੇਖੇ ਆ ਜੀ ਕੋਈ ਨਹੀਂ ਚਾਹੁੰਦਾ ਸਰਦੀ ਦੇ ਮੌਸਮ ਦੇ ਵਿੱਚ ਸੜਕਾਂ ਦੇ ਰੋਲੇ ਸਾਡੇ ਬਜ਼ੁਰਗ ਵੇਖੋ ਸੜਕਾਂ ਦੇ ਉੱਤੇ ਸੌਂਦੇ ਕਿਸੇ ਦਾ ਦਿਲ ਨਹੀਂ ਕਰਦਾ ਵੀ ਸੜਕਾਂ ਦੇ ਉੱਤੇ ਰਾਤਾਂ ਕੱਟੀਏ ਅਤੇ ਇਹ ਐਕਚੁਲੀ ਮਜਬੂਰੀ ਮੋਦੀ ਸਾਹਿਬ ਨੇ ਬਣਾਤੀ ਆ ਸਭ ਤੋਂ ਵੱਡਾ ਕੇਕ ਕਿੱਦਣ ਕੱਟਿਆ ਜਾਊਗਾ ਜੇ ਤਾਂ ਮਹਾਰਾਜ ਦੀ ਕਿਰਪਾ ਹੋਊਗੀ ਤੇ ਬਸ ਫਤਿਹ ਹੋ ਜੂਗਾ ਮੋਰਚਾ ਸਾਡਾ ਤੇ ਕੇਕ ਕੱਟਿਆ ਜਾਊਗਾ ਪਰ ਜਿਹੜੇ ਵੀਰ ਸ਼ਹਾਦਤਾਂ ਪਾ ਕੇ ਆ ਜਿਹੜੇ ਸਾਡੇ ਤੋਂ ਵਿਛੜ ਗਏ ਆ ਉਹਨਾਂ ਦੇ ਲਈ ਫਿਰ ਜਾਂਦੇ ਹੋਏ ਉਹਨਾਂ ਦੀ ਇਹਨਾਂ ਦੇ ਕੋਲ ਮਕਾਨ ਭੁਗਤ ਕੇ ਜਾਓਗੇ ਜਦੋਂ ਦੂਰ ਹੋਏ ਆ ਬਹੁਤ ਬਹੁਤ ਦੁੱਖ ਹੈ ਜੀ ਸਾਨੂੰ ਇਸ ਚੀਜ਼ ਦਾ ਤਾਂ ਅਸੀਂ ਉਹਨਾਂ ਦੀ ਸ਼ਹਾਦਤ ਵਾਸਤੇ ਉਹਨਾਂ ਦੇ ਵਾਸਤੇ ਕੋਈ ਕਰਕੇ ਜਾਵਾਂਗੇ ਜੀ ਉਹਨਾਂ ਨੂੰ ਮਾਣ ਸਤਿਕਾਰ ਉਹਨਾਂ ਦਾ ਲੋਕਾਂ ਦੇ ਦਿਨ ਰਾਤ ਤਿੱਥ ਤਿਉਹਾਰ ਹਰ ਰੰਗ ਜਿਹੜੇ ਹੈ ਉਹ ਕਿਸਾਨੀ ਸੰਘਰਸ਼ ਦੇ ਵਿੱਚ ਬੀਤ ਰਹੇ ਹੈ ਔਰ ਹਰ ਜਿਹੜੀ ਮੰਗ ਹੈ ਹਰ ਜਿਹੜਾ ਹੱਕ ਹੈ ਉਹ ਲਏ ਬਗੈਰ ਜਾਣ ਵਾਲੇ ਨਹੀਂ ਹੈ ਚਾਹੇ ਇੱਥੇ ਕਿੰਨੇ ਹੀ ਦਿਨ ਚਾਹੇ ਕਿੰਨੇ ਹੀ ਸਾਲ ਅਤੇ ਕਿੰਨੇ ਹੀ ਮਹੀਨੇ ਬੀਤ ਜਾਣ ਚਾਹੇ ਕੋਈ ਤਿਉਹਾਰ ਲੰਘਦਾ ਜਾਂ ਕੋਈ ਮੌਕਾ ਲੰਘਦਾ ਜਾਂ ਕੋਈ ਮੌਕਾ ਮੇਲ ਬਣਦਾ ਉਹ ਸਾਰੇ ਇੱਥੇ ਹੀ ਮਨਾਏ ਜਾਣਗੇ ਚਾਹੇ ਉਹ ਕੋਈ ਵੀ ਮੌਕਾ ਹੋਵੇ ਤਰਨ ਤਾਰਨ ਤੋਂ ਆਏ ਹੋਏ ਵੀਰ ਹੈ ਉਹ ਉਹਨਾਂ ਦਾ ਜਨਮ ਦਿਨ ਸੀਗਾ ਉਹ ਕਹਿੰਦੇ ਵੀ ਘਰ ਨਹੀਂ ਜਾਣਾ ਹੈਗਾ ਘਰਦਿਆਂ ਨੇ ਕਿਹਾ ਕਿ ਇੱਥੇ ਹੀ ਰਹਿਣਾ ਪਹਿਲਾਂ ਭਰਾ ਦਾ ਨਾਂ ਪੁੱਛਾਂਗੇ ਜਿਹੜਾ ਲਿਖਿਆ ਹੋਇਆ ਕਰਨ ਹੈ ਪੂਰਾ ਨਾਮ ਕੀ ਹੈ ਜਸਕਰਨਵੀਰ ਸਿੰਘ ਤੇ ਇੱਥੇ ਮਨਾਇਆ ਗਿਆ ਘਰਦਿਆਂ ਘਰੇ ਨਹੀਂ ਕਿਹਾ ਵੀ ਘਰੇ ਆ ਜਾਓ ਨਹੀਂ ਜੀ ਘਰਦਿਆਂ ਨੂੰ ਪਤਾ ਹੀ ਨਹੀਂ ਹੈ ਜੀ ਇਹ ਸਿਰਫ ਆਪਣੇ ਭਰਾਵਾਂ ਦੇ ਨਾਲ ਆਹੀ ਮੇਰਾ ਪਰਿਵਾਰ ਆ ਦੁੱਖ ਸੁੱਖ ਸਾਰਾ ਇਹਨਾਂ ਨਾਲ ਆ ਇਹਨਾਂ ਨੇ ਅਰੇਂਜ ਕੀਤਾ ਮੈਂ ਤੇ ਐਕਚੁਲੀ ਸੈਲੀਬ੍ਰੇਟ ਕਰਨਾ ਨਹੀਂ ਚਾਹੁੰਦਾ ਮਨਾਉਣਾ ਨਹੀਂ ਚਾਹੁੰਦਾ ਸੀ ਪਰ ਇਹਨੇ ਕਿਹਾ ਨਹੀਂ ਜਿਤਨਾ ਪਹਿਲਾਂ ਮਨਾਉਂਦੇ ਆ ਇਸ ਵਾਰ ਵੀ ਇੱਦਾਂ ਹੀ ਮਨਾਵਾਂਗੇ ਤੇ ਉਹ ਇਹਨਾਂ ਨੇ ਜੋ ਵੀ ਅਰੇਂਜ ਕੀਤਾ ਇਹਨਾਂ ਦੇ ਆਏ ਕਿੱਥੋਂ ਤਰਨ ਤਾਰਨ ਤੋਂ ਜੀ ਗੱਗੋ ਬੂਹਾ ਪਿੰਡ ਆ ਕਿੰਨੇ ਦਿਨ ਤੋਂ ਆਏ ਹੋਏ ਸਾਨੂੰ ਇੱਥੇ ਪਿਛਲੇ 5 ਦਿਨ ਤੋਂ ਇੱਥੇ ਆ ਜੀ ਮੇਰੇ ਪਰ ਇਹ ਦੋਸਤ ਮੇਰੇ ਤੋਂ ਪਹਿਲਾਂ ਦੇ ਆਏ ਆ ਹਾਂਜੀ ਹਾਂਜੀ ਤੇ ਤੁਸੀਂ ਤੁਸੀਂ ਆਰਗੇਨਾਈਜ਼ ਕੀਤਾ ਸਾਰਾ ਕੁਝ ਹਾਂਜੀ ਹਾਂਜੀ ਅਸੀਂ ਇਕੱਠੇ ਮਿਲ ਕੇ ਕੀਤਾ ਜੀ ਕਿਸਾਨ ਜਿੰਨੇ ਭਰਾ ਵਾ ਸੜਕਾਂ ਤੇ ਰੋਲ ਰਹੇ ਆ ਤੇ ਮੈਂ ਇਹ ਸੈਲੀਬ੍ਰੇਟ ਕਰਦਾ ਚੰਗਾ ਨਹੀਂ ਲੱਗਦਾ ਸੋ ਇਹ ਨੀ ਇਸ ਨੂੰ ਕਿਹਾ ਵੀ ਚਲੋ ਆਪਾਂ ਸੰਘਰਸ਼ ਦੇ ਵਿੱਚ ਤੇ ਹੈਗੇ ਆ ਬਟ ਆਪਾਂ ਤੇਰਾ ਬਰਥਡੇ ਮਿਸ ਨਹੀਂ ਕਰਾਂਗੇ ਸੋ ਇਹ ਜਿੰਨੇ ਸਾਡੇ ਫਰੈਂਡ ਅਸੀਂ ਮਿਲ ਕੇ ਮੈਨੇਜ ਕੀਤਾ ਇਸਦਾ ਬਰਥਡੇ ਇਹਦਾ ਅਸੀਂ ਕੇਕ ਦਾ ਅਰੇਂਜ ਮਿਲ ਕੇ ਕੀਤਾ ਤਾਂ ਕਿ ਇਸ ਵੀਰ ਦਾ ਬਰਥਡੇ ਅਸੀਂ ਮਿਸ ਨਹੀਂ ਕਰ ਸਕੀਏ ਸੋ ਅਸੀਂ ਇਹ ਇਸ ਕਰਕੇ ਕੀਤਾ ਵਾ ਤਾਂ ਕਿ ਸਾਡਾ ਦੁੱਖ ਵੀ ਇੱਥੇ ਆ ਅਤੇ ਸੁੱਖ ਵੀ ਇੱਥੇ ਆ ਜਿੰਨੇ ਸਾਡੇ ਭਰਾ ਇੱਥੇ ਸੜਕਾਂ 'ਤੇ ਰੋ ਰਹੇ ਆ ਇਹਨਾਂ ਦੇ ਵਿੱਚ ਰਹਿ ਕੇ ਅਸੀਂ ਇਸੇ ਕਰਕੇ ਕੇਕ ਕੱਟਣਾ ਚਾਹੁੰਦੇ ਇਸ ਵੀਰ ਦਾ ਤਾਂ ਕਿ ਮਤਲਬ ਇਹਨਾਂ ਤੋਂ ਅਸੀਂ ਦੂਰ ਨਹੀਂ ਆ ਤੁਸੀਂ ਇਹਨਾਂ ਨੂੰ ਜਾਣਦੇ ਹੋ ਮੇਰੇ ਫਰੈਂਡ ਆ ਸੇਮ ਆ ਡਿਸਟ੍ਰਿਕਟ ਤਰਨ ਤਾਰਨ ਗੱਗੋਵੇ ਤੋਂ ਆਏ ਹੋਏ ਆ ਜੀ ਅਸੀਂ ਤੁਹਾਡਾ ਕਦੋਂ ਜਨਮ ਦਿਨ ਮੇਰਾ 8/12/1988 ਨੂੰ ਹੁੰਦਾ ਜੀ ਅੱਛਾ ਹਾਂਜੀ ਹੁਣ ਫਿਰ ਐਕਚੁਅਲੀ ਬਰਥਡੇ ਨੰਗਿਆ ਵਾ ਹਾਂਜੀ ਹਾਂਜੀ ਨੰਗਿਆ ਬਰਥਡੇ ਮੇਰਾ ਤੇ ਇਹ ਪਰਿਵਾਰ ਨੂੰ ਵੀ ਤਸਵੀਰਾਂ ਭੇਜੋਗੇ ਹਾਂਜੀ ਹਾਂਜੀ ਪਰਿਵਾਰ ਨੂੰ ਤਸਵੀਰਾਂ ਦੇਖਦੇ ਹੋ ਬਾਅਦ ਚ ਭੇਜ ਦਾਂਗੇ ਜੀ ਘਰੋਂ ਕਰੋ ਨਹੀਂ ਨਹੀਂ ਪੰਜਾਬ ਤਾਂ ਸਾਰਾ ਹੀ ਪਰਿਵਾਰ ਹੈ ਸਾਰੀ ਮੁਲਕ ਦੀ ਦੁਨੀਆਂ ਦੀ ਕਿਸਾਨੀ ਪਰਿਵਾਰ ਹੈ ਜਦੋਂ ਆਪਾਂ ਇਸ ਸੰਘਰਸ਼ ਦੇ ਵਿੱਚ ਆਏ ਹਾਂ ਨਹੀਂ ਜਦੋਂ ਪਰਿਵਾਰ ਵਾਲੇ ਪਤਾ ਲੱਗੂਗਾ ਉਦੋਂ ਕੁਛ ਤਾਂ ਕੁਛ ਪੁੱਛਣਗੇ ਜਾਂ ਜੇ ਪਤਾ ਸੀਗਾ ਤਾਂ ਕਹਿਣਗੇ ਵੀ ਘਰੇ ਆਉਣਾ ਨਹੀਂ ਬਿਲਕੁਲ ਜੀ ਇਹ ਤਾਂ ਕਹਿਣਗੇ ਵੀ ਸਾਨੂੰ ਵੀ ਦੱਸ ਦਿਓ ਵੀ ਜੇ ਸੈਲੀਬ੍ਰੇਟ ਸਾਨੂੰ ਦੱਸਦੇ ਕਮ ਸੇ ਕਮ ਦੱਸ ਹੀ ਦਿੰਦੇ ਹੋ ਵੀ ਚਲੋ ਕੋਈ ਗੱਲ ਨਹੀਂ ਤੂੰ ਆਪਣੇ ਫਰੈਂਡ ਸਰਕਲ 'ਚ ਆਪਣੇ ਭਰਾਵਾਂ ਨਾਲ ਸਾਰਿਆਂ ਨਾਲ ਕਰਨ ਡਿਆ ਕਮ ਸੇ ਕਮ ਸਾਨੂੰ ਦੱਸ ਦਿਓ ਸਹੀ ਇੱਕ ਵਾਰੀ ਤਾਂ ਸ਼ੌਕ ਹੋਣ ਮਨ ਦੇ ਭਾਵ ਇਸ ਵੇਲੇ ਕੀ ਕੋਈ ਭਾਵ ਨਹੀਂ ਜੀ ਬਸ ਜੇ ਜਿੱਤ ਕੇ ਜਾਈਏ ਅਸੀਂ ਜਿਹੜੇ ਕੰਮ ਵਾਸਤੇ ਇੱਥੇ ਆਏ ਹਾਂ ਅੰਦੋਲਨ 'ਚ ਬੈਠੇ ਹਾਂ ਬਸ ਇਹੀ ਆ ਵੀ ਜੇ ਅਸੀਂ ਬੈਠੇ ਹਾਂ ਜਿੱਤਣ ਵਾਸਤੇ ਆ ਤੇ ਜਿੱਤ ਕੇ ਜਾਈਏ ਜਲਦੀ ਤੋਂ ਜਲਦੀ ਸਾਡੀ ਜਿੱਤ ਹੋਵੇ ਤੇ ਅਸੀਂ ਪਿੰਡ ਨੂੰ ਚੱਲੀਏ ਪਰਿਵਾਰ ਦੇ ਕੋਲ ਚੱਲੀਏ ਬਸ ਇਹੀ ਆ ਸਾਡੇ ਇਹ ਜਨਮ ਦਿਨ ਕਿਹਦੇ ਲੇਖੇ ਲਾਉਣਾ ਚਾਹੁੰਦੇ ਇਹ ਵਾਲਾ ਜਨਮ ਦਿਨ ਇਹ ਜੀ ਕਿਸਾਨਾਂ ਦੀ ਇਹ ਕਿਸਾਨੀ ਦੇ ਲੇਖੇ ਆ ਜੀ ਇਹ ਮਜ਼ਦੂਰ ਭਰਾਵਾਂ ਦੇ ਲੇਖੇ ਆ ਜੀ ਇਹ ਕਰਨ ਦਾ ਬਰਥਡੇ ਨਹੀਂ ਹੈ ਇਹ ਬਰਥਡੇ ਪੂਰੇ ਜਿੰਨੇ ਸਾਡੇ ਭਰਾ ਕਿਸਾਨ ਆ ਇਹ ਬਰਥਡੇ ਉਹਨਾਂ ਦਾ ਵਾ ਤੇ ਉਸ ਤੋਂ ਹੀ ਸਾਨੂੰ ਵੱਧ ਖੁਸ਼ੀ ਹੋਊਗੀ ਜਦੋਂ ਅਸੀਂ ਮੋਰਚਾ ਫਤਿਹ ਕਰਾਂਗੇ ਤੇ ਸਾਡੇ ਹੱਕ ਸਾਨੂੰ ਮਿਲਣਗੇ ਤੇ ਕਾਲੇ ਕਾਨੂੰਨ ਰੱਦ ਕਰੂਗਾ ਮੋਦੀ ਤੇ ਕੋਈ ਨਹੀਂ ਚਾਹੁੰਦਾ ਸਰਦੀ ਦੇ ਮੌਸਮ ਦੇ ਵਿੱਚ ਸੜਕਾਂ ਦੇ ਰੋਲੇ ਸਾਡੇ ਬਜ਼ੁਰਗ ਵੇਖੋ ਸੜਕਾਂ ਦੇ ਉੱਤੇ ਸੌਂਦੇ ਕਿਸੇ ਦਾ ਦਿਲ ਨਹੀਂ ਕਰਦਾ ਵੀ ਸੜਕਾਂ ਦੇ ਉੱਤੇ ਰਾਤਾਂ ਕੱਟੀਏ ਤੇ ਇਹ ਐਕਚੁਅਲੀ ਮਜਬੂਰੀ ਮੋਦੀ ਸਾਹਿਬ ਨੇ ਬਣਾਤੀ ਆ
ਜੋ ਸਾਨੂੰ ਇੱਥੇ ਕਰਨਾ ਪੈ ਰਿਹਾ ਬਟ ਅਸੀਂ ਇਹ ਵੀ ਗੱਲ ਕਹਿ ਰਹੇ ਹਾਂ ਵੀ ਅਸੀਂ ਮਰਨੋਂ ਮਰ ਜਾਂਗੇ ਪਰ ਇਹ ਜਦ ਤੱਕ ਕਾਲਿਕ ਨੂੰ ਰੱਦ ਨਹੀਂ ਹੁੰਦੇ ਮੁੰਡਿਆਂ ਦੀ ਖੁਸ਼ੀ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਬੈਸਟ ਹੈ ਮੁੰਡੇ ਬੱਚੇ ਦਾ ਅੱਛਾ ਵਧੀਆ ਜਨਮਦਿਨ ਇੱਥੇ ਮਨਾ ਰਿਹਾ ਆਪ ਦੀਆਂ ਮਜਬੂਰੀਆਂ ਆ ਸਾਡੀਆਂ ਸਾਡੇ ਬਾਰੇ ਨੇ ਕੁਛ ਸੁਣਿਆ ਮੋਦੀ ਸਰਕਾਰ ਨਹੀਂ ਸੁਣ ਰਹੀ ਇਸ ਕਰਕੇ ਕਾਲੇ ਕਾਨੂੰਨ ਵਾਪਸ ਲੈ ਲਵੇ ਉਸ ਵਿੱਚ ਅਸੀਂ ਬਾਬੇ ਨਾਨਕ ਦਾ ਦਿਹਾੜਾ ਵੀ ਹਾਂ ਵੈਰੀ ਗੁੱਡ ਬਾਬੇ ਨਾਨਕ ਦਾ ਵੀ ਦਿਹਾੜਾ ਇੱਥੇ ਬਣਾਇਆ ਗਾਉਣ ਜਨਮਦਿਨ ਵਾਲੇ ਮੁੰਡਾ ਕੀ ਕਰਨ ਨੂੰ ਪੁੱਛਦੇ ਆ ਸਭ ਤੋਂ ਵੱਡਾ ਜਸ਼ਨ ਦਾ ਕੇਕ ਜਿਹੜਾ ਜਿਸ ਦਿਨ ਹੱਕ ਜਿਹੜੇ ਮੰਗ ਹੈ ਜਦੋਂ ਮੰਨਿਆ ਜਿਸ ਦਿਨ ਸਾਡੀਆਂ ਮੰਗਾਂ ਜਿਸ ਦਿਨ ਇਹ ਕਾਨੂੰਨ ਰੱਦ ਹੋ ਗਏ ਜਿਹੜੇ ਬਣਾਏ ਇਹਨਾਂ ਨੇ ਉਸ ਦਿਨ ਸਭ ਤੋਂ ਵੱਡਾ ਜਸ਼ਨ ਹੋ ਗਿਆ ਇਸੇ ਤਰ੍ਹਾਂ ਮਨਾ ਕੇ ਜਾਵਾਂਗੇ ਜੀ ਇੱਕ ਵਾਰੀ ਦੱਸ ਕੇ ਜਾਵਾਂਗੇ ਜਿਨ੍ਹਾਂ ਵਾਸਤੇ ਬੈਠੇ ਭਰਾਵਾਂ ਨੂੰ ਵੀ ਆਹ ਅਸੀਂ ਮੋਰਚਾ ਫਤਿਹ ਕੀਤਾ ਜਿੱਤ ਪ੍ਰਾਪਤ ਹੋ ਗਈ ਆ ਤੇ ਏਦਾਂ ਹੀ ਸੈਲੀਬ੍ਰੇਟ ਕਰਕੇ ਵਾਪਸੀ ਕਰਾਂਗੇ ਜੇ ਉਹ ਤਾਂ ਠੀਕ ਹੈ ਉਹ ਹੋਊਗਾ ਹੱਕਾਂ ਦਾ ਮੰਗਾਂ ਦਾ ਜਸ਼ਨ ਹੋਊਗਾ ਜਿੱਤ ਹੋਊਗੀ ਪਰ ਜਿਹੜੇ ਵੀਰ ਸ਼ਹਾਦਤਾਂ ਪਾ ਕੇ ਆ ਜਿਹੜੇ ਸਾਡੇ ਤੋਂ ਵਿਛੜ ਗਏ ਆ ਜਿਹੜੇ ਅੱਜ ਸਾਡੇ ਦਰਮਿਆਨ ਨਹੀਂ ਰਹੇ ਜਿਨ੍ਹਾਂ ਦੀ ਜ਼ਿੰਦਗੀ ਇਹਨਾਂ ਦੇ ਲੇਖੇ ਲੱਗ ਗਈ ਹੈ ਉਹਨਾਂ ਦੇ ਲਈ ਫਿਰ ਜਾਂਦੇ ਹੋਏ ਉਹਨਾਂ ਦੀ ਇਹਨਾਂ ਦੇ ਕੋਲ ਮਕਾਨ ਭੁਗਤ ਕੇ ਜਾਓਗੇ ਬਿਲਕੁਲ ਬਿਲਕੁਲ ਜਿਹੜੇ ਸਾਡੇ ਵੀਰ ਸਾਡੇ ਤੋਂ ਦੂਰ ਹੋਏ ਆ ਬਹੁਤ ਬਹੁਤ ਦੁੱਖ ਹੈ ਜੀ ਸਾਨੂੰ ਇਸ ਚੀਜ਼ ਦਾ ਤਾਂ ਅਸੀਂ ਉਹਨਾਂ ਦੀ ਸ਼ਹਾਦਤ ਵਾਸਤੇ ਉਹਨਾਂ ਦੇ ਵਾਸਤੇ ਕੋਈ ਕਰਕੇ ਜਾਵਾਂਗੇ ਜੀ ਉਹਨਾਂ ਨੂੰ ਮਾਨ ਸਤਿਕਾਰ ਉਹਨਾਂ ਦਾ ਸ਼ਰਧਾਂਜਲੀ ਦੇ ਕੇ ਸਦਰਾਂ ਪਿੱਟ ਆਪਾਂ ਕਰਕੇ ਜਾਵਾਂਗੇ ਜੀ ਵੇਖੋ ਕਿਉਂਕਿ ਜਿਹੜੇ ਹੁਣ ਸਾਡੇ ਵੀਰ ਸ਼ਹੀਦ ਹੋ ਗਏ ਜਾਂ ਮਤਲਬ ਇਹਨੂੰ ਆਪਾਂ ਡੈਥ ਨਹੀਂ ਕਹਿ ਸਕਦੇ ਇਹਨੂੰ ਸ਼ਹੀਦੀ ਕਹਿ ਸਕਦੇ ਹਾਂ ਆਪਾਂ ਵੀ ਇਹ ਮੋਰਚਾ ਅਗਰ ਮੋਦੀ ਇਹ ਕਾਨੂੰਨ ਨਾ ਲਿਆਉਂਦਾ ਤੇ ਨਾ ਸਾਨੂੰ ਸੜਕਾਂ ਤੇ ਬਹਿਣਾ ਪੈਂਦਾ ਤੇ ਨਾ ਸਾਡੇ ਵੀਰ ਸਾਡੇ ਤੋਂ ਵਿਛੜਦੇ ਪਰ ਇਹ ਮੋਦੀ ਦਾ ਪਿੱਟ ਸਿਆਪਾ ਕਰਨ ਕਰਾਂਗੇ ਜਿਸ ਦਿਨ ਇਹ ਮੋਰਚਾ ਵਧੇ ਕਰਾਂਗੇ ਤਾਂ ਕਿ ਉਹਨਾਂ ਵੀਰ ਸਾਡੇ ਵਿੱਚੋਂ ਵਿਛੜ ਗਏ ਜਿਹੜੇ ਵਿਛੜੀਆਂ ਰੂਹਾਂ ਨੂੰ ਕੇਕ ਕੱਟਦੀ ਆਪਾਂ ਬਾਈ ਨੂੰ ਕੇਕ ਤਾਂ ਖਵਾ ਦਈਏ ਫਿਰ ਹਾਂਜੀ ਹਾਂਜੀ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਰਨ ਖਵਾਓ ਜੀ ਕਰਨ ਨੂੰ ਕੇਕ ਕਰਨ ਦਾ ਜਨਮ ਮੋਦੀ ਸਰਕਾਰ ਮੋਦੀ ਸਰਕਾਰ ਕਾਲੇ ਕਾਨੂੰਨ ਇਹ ਤਸਵੀਰਾਂ ਨੇ ਜਿਹੜੀਆਂ ਕਿ ਕਿਸਾਨੀ ਸੰਘਰਸ਼ ਦੀਆਂ ਜਿੱਥੇ ਖੁਸ਼ੀ ਗਮੀ ਜਿਹੜੀ ਹੈ ਉਹ ਇਕੱਤਰ ਹੋ ਕੇ ਜਿਹੜੀ ਹੈ ਸਾਂਝੀ ਕੀਤੀ ਜਾਂਦੀ ਹੈ ਉਹ ਕਹਿੰਦੇ ਸਾਡੇ ਦਿਨ ਵੀ ਇਹ ਹੈ ਰਾਤ ਵੀ ਹੈ ਸਾਡੀ ਖੁਸ਼ੀਆਂ ਵੀ ਇਹੀ ਨੇ ਸਾਡੀਆਂ ਗਮੀਆਂ ਵੀ ਇੱਥੇ ਨੇ ਉਦੋਂ ਤੱਕ ਨਹੀਂ ਜਾਣ ਵਾਲੇ ਉਦੋਂ ਤੱਕ ਸਾਰੇ ਤਿੱਥ ਤਿਉਹਾਰ ਇੱਥੇ ਹੀ ਮਨਾਏ ਜਾਣਗੇ ਜਦੋਂ ਤੱਕ ਸਾਡੇ ਹੱਕ ਸਾਨੂੰ ਜਿਹੜੇ ਹੈ ਉਹ ਨਹੀਂ ਮਿਲਦੇ ਕੈਮਰਾਮੈਨ ਮੁਕਲ ਦੇ ਨਾਲ ਨਵਜੋਤ ਸਿੰਘ ਧਾਲੀਵਾਲ ਵਰਲਡ ਪੰਜਾਬੀ ਟੀਵੀ ਰਾਜਧਾਨੀ ਦਿੱਲੀ ਦੇ ਦਰਾਂ ਤੋਂ